महाराज हुण कम कार खोल दे बस। बाबे ने जिंदरा तो देता हुण अपना मंत्र मुंत्र जिहा मार के कहिंदा चौंक च सुट दी, इसे चौंक च सुट दिंदे नाले बाबा आवाजाई जी। ਇੱਥੇ ਕੀ ਕਰਨ ਡਿਆ? ਉਹ ਕੋ ਨੀ ਯਾਰ, ਕੰਮ ਕਾਰ ਨਹੀਂ ਚੱਲਣ ਡਿਆ ਤੇ ਮੈਂ ਬਾਬੇ ਕੋ ਜਿੰਦਰਾ ਕਰਾ ਕੇ ਲਿਆਂਦਾ ਹੀ ਆਵੇ। ਉਹਨੇ ਦਿੱਤਾ ਮੰਤਰ ਜਿਹਾ ਪੜ੍ਹ ਕੇ, ਉਹ ਕਹਿੰਦਾ ਚੌਂਕ 'ਚ ਸੁੱਟ ਦੀ, ਜਿਹੜਾ ਵੀ ਜਿੰਦਰੇ ਨੂੰ ਖੋਲੂਗਾ ਉਹਦਾ ਕੰਮ ਬੰਦ ਹੋ ਜਾਊਗਾ ਤੇ ਤੇਰਾ ਚਾਲੂ ਹੋ ਜਾਊਗਾ। ਸਦਈਆ ਪਾਪ ਲੱਗਣਾ ਹੀ, ਏਦਾਂ ਨਹੀਂ ਕਰੀ ਜਾਂਦਾ। ਓਏ ਪਾਪ ਪੂਪ ਕੋਈ ਨਹੀਂ, ਤੂੰ ਮੋਟਰਸਾਈਕਲ ਲਾ ਮੇਰਾ ਵੀਰ ਸਾਈਡ ਤੇ। ਓ ਨਹੀਂ ਯਾਰ, ਕਿਹਦਾ ਕੰਮ? ਲਾ ਤੂੰ ਸਾਈਡ ਤੇ, ਕੋਈ ਨਹੀਂ ਆ ਕਿਹਦਾ ਨਕਸ਼ਾ। ਆ ਤੇ ਉਹ ਵੀ ਬਾਬੇ ਕੋ ਚੱਲ ਜਾ ਆਪਣਾ ਉਲੂ, ਤੂੰ ਲਾ ਤੂੰ। ਆ ਮੈਂ ਸੁੱਟ ਲੱਗਾ ਇੱਥੇ। ਮਹਾਰਾਜ ਹੁਣ ਕੰਮ ਕਾਰ ਖੁੱਲ ਜਾਣ ਬਸ, ਕੋਈ ਬੰਦਾ ਟੱਕਰ ਜੇ। ਚੱਲ ਚੱਲ ਥਾਂ ਬਹਿ, ਲੋਕਾਂ ਨੇ ਓਏ ਥਾਂ ਬਹਿ ਜਾ, ਲੋਕੇ ਵੇ ਨਹੀਂ ਆਇਆ ਹੀ। ਇੱਕ ਜੇ ਇੱਕ ਦੇ ਖੋਲ ਦੇ ਨਾ ਨੇਰੇ ਬਚਣ, ਟਿਆ 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 ਲੈ ਲੰਘ ਗਏ। ਆਇਆ ਹੀ ਇੱਕ, ਇਹਨੇ ਚੁੱਕ ਲੈਣੀ ਸਲਾਰੂ, ਇਹ ਖੋਲੂ ਮੈਨੂੰ ਲੱਗਦਾ। ਖੁੱਲ ਗਿਆ ਖੁੱਲ ਗਿਆ, ਖੋਲੂ ਲੱਗਦਾ ਖੋਲੂ। ਇਹ ਕਰ ਲਗਾ ਲੈ, ਹੁਣ ਤੇਰਾ ਨੀ ਕੰਮ ਚੱਲਣਾ। ਚਾਬੀ ਸੁੱਟਦੀ ਉਹਨੇ, ਮੇਰੇ ਕੋਲ ਆਈਡੀਆ ਹੈਗਾ ਇੱਕ। ਹੁਣ ਕੀ ਆਈਡੀਆ? ਤੂੰ ਇੱਥੇ 2 ਮਿੰਟ ਖਲੋ, ਮੈਂ ਹੁਣੇ ਆ ਚੱਲਿਆ ਈ। ਉਹ ਨਹੀਂ, 2 ਮਿੰਟ ਖਲੋ, ਆ ਜਾ ਤੂੰ ਇੱਥੇ ਖਲੋ। ਜਿੰਦਰੇ ਦਾ ਧਿਆਨ ਰੱਖੇ ਨਾ, ਵੀ ਜਿੰਨਾ ਵੀ ਕੋਈ ਸੁੱਟ ਦੇ। ਇਹ ਜਿੰਦਰਿਆਂ ਦੀਆਂ ਚਾਬੀਆਂ ਬਣਾਉਣ ਵਾਲਾ ਈ। ਹਾ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